ਲੇਕਿਨ ਕੋਈ ਵੀ ਗੱਲ ਵਾਸਤੇ ਜਿਵੇਂ IMA ਆਪਣਾ ਬੋਡੀ ਹੈਗੀ ਹੈ, ਡੈਪਟੀ ਬੋਡੀ ਹੈਗੀ ਹੈ, ਆਪਾਂ ਇੱਦਾਂ ਨਹੀਂ ਵੀ ਸ਼ੁਰੂ ਕਰ ਸਕਦੇ ਹਾਂ, ਬਾਕੀ ਨਾਲ ਇਨਵੋਲਵ ਕਰ ਸਕਦੇ ਹਾਂ, ਜਿਹੜੀ ਸਾਡੀ ਹੋਰ ਵੀ ਸਾਡੀ ਲਾਭਪੂਰ ਬੋਡੀ ਹੈਗੀਆਂ ਨੇ ਜਿਹੜੇ ਆਪਾਂ ਸਮਾਜ ਸ਼ੁਰੂ ਕਰ ਦਿੰਦੇ ਹਾਂ, ਗਵਰਨਮੈਂਟ ਪਾ ਦਿੰਦੇ ਹਾਂ ਆਪਾਂ ਇਸ ਜਾਂ ਪੈਚ ਲਗਾ ਦਿੰਦੇ ਹਾਂ, ਉਹ ਇੱਦਾਂ ਗੱਲ ਨਹੀਂ ਹੁੰਦੀ ਹੈਗੀ, ਬੜੀ ਸਿੰਪਲ ਆਈਡੀ ਵਾਸਤੇ ਹੈਗਾ ਅਤੇ ਟਿਪਲੀ ਆਪਾਂ ਨੂੰ ਆਈ ਫਾਰਮੋਲੋਜੀ ਗਾਇਡ ਰੱਖਦੇ ਹਾਂ। ਆਈ ਦੇ ਨਾਲ ਵੀ ਪਿੱਛੇ ਆਪਾਂ 2-3 ਸਾਲ ਪਹਿਲਾਂ ਹੋਏ ਕੁਛ ਸਟੱਡੀ ਆਪਾਂ ਅਤੇ ਸੇਫ ਵਾਲੀ ਵਾਸਤੇ ਆਪਾਂ ਸਾਰਿਆਂ ਨੂੰ ਡਿਸਕਸ ਕਰੀਏ ਕਿ ਲੋਕਾਂ ਨੂੰ ਮਹਿਸੂਸ ਹੋਵੇ ਵੀ ਉਹ ਆਪਾਂ ਇੱਕ ਡਾਕਟਰ ਸੁਸਾਇਟੀ ਦਾ ਹਿੱਸਾ ਹੈ, ਆਪਾਂ ਉਹਨਾਂ ਦੀ ਹੈਲਥ ਬਾਰੇ ਇੰਨੇ ਚਿੰਤਿਤ ਹੈਗੇ। ਮੈਂ ਆਪਣੀ ਸੁਸਾਇਟੀ ਵੱਲੋਂ ਆਏ ਦੇ ਸਾਡੇ ਸਪੀਕਰ ਜਿਨ੍ਹਾਂ ਨੇ ਬਹੁਤ ਵੱਡਾ ਬਹੁਤ ਅਜਿਹਾ ਸਮਾਂ ਕੱਢਿਆ ਜੋ ਅਸੀਂ ਪੀਕ ਆਸ ਹੈਗੇ ਨੇ ਪ੍ਰੋਫੈਸ਼ਨ ਦੇ ਵਿੱਚ, ਜਿਹੜੇ ਆਪਾਂ ਜਿਵੇਂ ਸਮੇਂ ਦੇ ਸਮਾਜ ਦੇ ਵਿੱਚ ਸਮਰਪਿਤ ਕੀਤਾ ਅਤੇ ਛੋਟੇ ਜਿਹੇ ਔਰਡਰ ਹੈਗੇ ਆ ਪ੍ਰਧਾਨ ਜੀ ਨੂੰ ਰਿਕੁਐਸਟ ਕਰਾਂਗਾ ਅੱਜ ਦੇ ਸਪੀਕਰ ਸਾਹਿਬਾਨਾਂ ਨੂੰ ਅਤੇ ਸੈਕਟਰੀ ਸਾਹਿਬ ਨੂੰ ਉਹਨਾਂ ਨੂੰ ਔਨਰ ਕਰਨਾ ਚਾਹਾਂਗੇ। Pointed out in the press. Usually when we see European countries celebrating an opinion and there is firecrackers show, usually it is held in one part of the city and all the people go and sit there and it is far away and everybody enjoys it instead of holding it once. This is very good. Now, blanket ban lagana possible nahi hai. Kuch ek point je assi pataake chalan lage khyal ch rakhiye. ਸੋ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਅਸੀਂ ਕਹਿਣਾ ਚਾਹਾਂਗੇ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੇ ਜਦੋਂ ਪਟਾਕੇ ਚਲਾਉਣੇ ਆ ਉਹਨਾਂ ਨਾਲ ਉਹਨਾਂ ਦੇ ਵੱਡੇ ਭੈਣ ਭਰਾ ਜਾਂ ਉਹਨਾਂ ਦੇ ਪੇਰੈਂਟਸ ਮੌਜੂਦ ਹੋਣ। ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਜਿਸ ਤਰ੍ਹਾਂ ਆਪਾਂ ਆਮ ਤੌਰ 'ਤੇ ਦੇਖਦੇ ਹਾਂ 12 ਸਾਲ ਦਾ ਬੱਚਾ ਵੀ ਮੰਮੀ ਤੋਂ ਚਾਬੀ ਲੈ ਦਿੰਦਾ ਸਕੂਟਰ ਦੀ, ਸਕੂਟਰ ਚਲਾ ਕੇ ਬਾਜ਼ਾਰ 'ਚ ਨਿਕਲ ਜਾਂਦਾ ਅਤੇ ਕਈ ਤਾਰੇ ਸੱਟਾਂ ਖਾ ਲੈਂਦਾ, ਕਈ ਵਾਰ ਜਾਨਲੇਵਾ ਵੀ ਹੁੰਦਾ। ਸੋ ਪੇਰੈਂਟਸ ਨੂੰ ਇਹ ਮੈਂਡੇਟਰੀ ਕਰਨਾ ਚਾਹੀਦਾ, ਇਹ ਯਕੀਨੀ ਬਣਾਉਣਾ ਚਾਹੀਦਾ ਛੋਟੇ ਬੱਚੇ ਆਪਣੇ ਆਪ ਪਟਾਕੇ ਨਹੀਂ ਚਲਾਉਣ, ਉਹਨਾਂ ਦੇ ਨਾਲ ਉਹਨਾਂ ਦੇ ਬੜੇ ਭੈਣ ਭਰਾ ਜਾਂ ਉਹਨਾਂ ਦੇ ਮਾਂ ਪਿਓ ਮੌਜੂਦ ਰਹਿਣ ਮਾਸਕ ਕਰ ਦਿੰਦਾ ਅਤੇ ਉਹਦੇ ਨਾਲ ਉਹ ਵਹੀਕਲ ਨੂੰ ਔਰ ਉਹ ਲੋਕਾਂ ਨੂੰ ਬਹੁਤ ਸਾਰਾ ਖਤਰਾ ਹੁੰਦਾ। ਸੋ ਖੁੱਲ੍ਹੇ ਗਰਾਊਂਡ 'ਚ ਜਾਂ ਛੱਤ ਦੇ ਉੱਤੇ ਪਟਾਕੇ ਹਮੇਸ਼ਾ ਚਲਾਉਣੇ ਚਾਹੀਦੇ। ਕੋਈ ਵੀ ਪਟਾਕੇ ਕਈ ਵਾਰ ਬੱਚਿਆਂ ਨੂੰ ਹੁੰਦਾ ਵੀ ਵਾਰ ਵਾਰ ਅੰਦਰੋਂ ਜਾ ਕੇ ਲੈ ਕੇ ਆਵਾਂਗੇ, ਕਿਉਂਕਿ ਪਟਾਕੇ ਜਿਹੜੇ ਸਾਨੂੰ ਸਟੋਰ ਕਰਕੇ ਰੱਖਣੇ ਚਾਹੀਦੇ, ਆਈਦਰ ਕੇ ਬਾਕਸ ਹੋਵੇ ਜਿਵੇਂ ਪੁਰਾਣੇ ਜ਼ਮਾਨੇ 'ਚ ਟਰੰਕ ਹੁੰਦੇ ਸੀ, ਹੁਣ ਅੱਜ ਕੱਲ੍ਹ ਤਾਂ ਟਰੰਕ ਸ਼ਾਇਦ ਮੈਡੀਕਲ ਸੈਂਟਰ ਲੁਧਿਆਣੇ ਤੋਂ। ਪਹਿਲੇ ਦੀਵਾਲੀ ਦੀ ਬਹੁਤ ਬਹੁਤ ਵਧਾਈ ਹੋਏ। ਦੀਵਾਲੀ ਦੇ ਟਾਈਮ 'ਤੇ ਆਪਾਂ ਨੂੰ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜਿਹੜੇ ਪਟਾਕੇ ਹੈਗੇ ਫਾਇਰਵਰਕਸ ਹੈਗੇ ਇਹਦੇ ਨਾਲ ਬਹੁਤ ਬਹੁਤ ਹੈਲਥ ਦੇ ਉੱਤੇ ਇਫੈਕਟਸ ਆ ਸਕਦੇ ਹੈਗੇ, ਜਿਵੇਂ ਕਿ ਦਿਮਾਗ ਦੇ ਉੱਤੇ ਇਫੈਕਟ ਹੋ ਸਕਦਾ ਹੈਗਾ, ਉਹਦੇ ਨਾਲ ਡਿਲਿਊਜ਼ਨਸ ਹੋ ਸਕਦੇ ਹੈਗੇ, ਥਿੰਕਿੰਗ ਪ੍ਰੋਸੈਸ ਬਦਲ ਸਕਦਾ ਹੈਗਾ, ਕਈਆਂ ਨੂੰ ਪੈਨਿਕ ਅਟੈਕਸ ਹੋ ਜਾਂਦਾ ਹੈਗਾ ਜਿੱਥੇ ਸਾਹ ਦਾ ਤਾਲੁਕ ਹੈਗਾ, ਅਲਰਜਿਕ ਬ੍ਰੌਂਕਾਈਟਿਸ ਹੋ ਸਕਦੀ ਹੈਗੀ, ਕੈਮੀਕਲ ਨਿਊਮਨਰਾਈਟਿਸ ਹੋ ਸਕਦੀ ਹੈ, ਐਸਮਾ ਜ਼ਿਆਦਾ ਹੋ ਸਕਦਾ ਹੈਗਾ। ਇੱਥੇ ਤੱਕ ਦੇਖਿਆ ਗਿਆ ਹੈਗਾ ਕਿ ਕੋਈ 26% ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਕਿ ਉਹਨਾਂ ਨੂੰ ਕੋਈ ਸਾਹ ਦੀ ਬਿਮਾਰੀ ਹੈਗੀ, ਉਹਨਾਂ ਨੂੰ ਵੀ ਪਤਾ ਲੱਗਿਆ ਹੈਗਾ ਕਿ ਦੀਵਾਲੀ ਦੇ ਟਾਈਮ 'ਤੇ ਪ੍ਰਗਟ ਹੋ ਜਾਂਦੀ ਹੈਗੀ। ਇਹਦੇ ਇਲਾਵਾ ਜੇ ਆਪਾਂ ਹੱਥ ਨਾ ਧੋਈਏ, ਜਿਹੜੇ ਕੈਮੀਕਲਸ ਹੈਗੇ ਪਟਾਕਿਆਂ ਦੇ ਉਹ ਆਪਣੇ ਅੰਦਰ ਜਾ ਸਕਦੇ ਹੈਗੇ ਖਾਣ ਪੀਣ ਦੇ ਨਾਲ, ਅਤੇ ਉਹਦੇ ਨਾਲ ਡਾਇਰੀਆ, ਨੌਜ਼ੀਆ, ਵੋਮਿਟਿੰਗ ਅਤੇ ਡੀਹਾਈਡਰੇਸ਼ਨ ਵਗੈਰਾ ਹੋ ਸਕਦੀ ਹੈਗੀ। ਆਪਾਂ ਨੂੰ ਹਰ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈਗਾ, ਅੱਖਾਂ ਦਾ, ਕੰਨਾਂ ਦਾ, ਹਾਰਟ ਦਾ, ਸਾਹ ਦਾ, ਹਰ ਤਰ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ ਦੀਵਾਲੀ ਦੇ ਵਿੱਚ। ਥੈਂਕ ਯੂ। ਡਾਕਟਰ ਬਲਜੀਤ ਕੌਰ, ਆਈ ਸਪੈਸ਼ਲਿਸਟ। ਇਸ ਦੀਵਾਲੀ ਦੇ ਮੌਕੇ 'ਤੇ ਸਭ ਤੋਂ ਜ਼ਿਆਦਾ ਪ੍ਰੋਬਲਮ ਅੱਖਾਂ ਦੇ ਵਿੱਚ ਪਟਾਕਿਆਂ ਤੋਂ ਹੁੰਦੀ ਹੈ, ਜਿਹੜੇ ਕਿ ਬੱਚਿਆਂ ਨੂੰ ਬੜੇ ਧਿਆਨ ਨਾਲ ਅਤੇ ਆਪਣੇ ਤੋਂ ਕੁਛ ਖਾਸ ਦੂਰੀ ਬਣਾ ਕੇ ਚਲਾਉਣੇ ਚਾਹੀਦੇ ਹਨ। ਬਾਕੀ ਜੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ, ਆਪਣੀਆਂ ਅੱਖਾਂ ਨੂੰ ਮਲਣਾ ਨਹੀਂ, ਪਾਣੀ 'ਚ ਛਿੱਟੇ ਵਗੈਰਾ ਨਹੀਂ ਮਾਰਨੇ ਅੱਖਾਂ ਦੇ, ਔਰ ਇਮੀਡੀਏਟਲੀ ਜਲਦੀ ਤੋਂ ਜਲਦੀ ਕਿਸੇ ਅੱਖਾਂ ਦੇ ਮਾਹਿਰ ਡਾਕਟਰ ਕੋਲ ਪਹੁੰਚਣਾ ਜ਼ਰੂਰੀ ਹੈ। ਅਦਰਵਾਈਜ਼ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ, ਈਵਨ ਅੱਖ ਪੂਰੀ ਤਰ੍ਹਾਂ ਖਰਾਬ ਹੋਣੀ, ਨਿਗਾਹ ਜਾਣਾ, ਕੁਛ ਵੀ ਹੋ ਸਕਦਾ ਹੈ। ਮੈਂ ਡਾਕਟਰ ਸੰਜੀਵ ਉਪਲ ਜੀ, ਆਈ ਐਮ ਹੈੱਡ ਆਫ ਪਲਾਸਟਿਕ ਸਰਜਰੀ ਐਂਡ ਬਰਨਜ਼ ਯੂਨਿਟ ਇਨ DMC। ਸਾਡੇ ਸਾਰਿਆਂ ਵੱਲੋਂ ਦਿਆਨੰਦ ਮੈਡੀਕਲ ਕਾਲਜ ਵੱਲੋਂ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਬਾਦ। ਲੇਕਿਨ ਇਸੇ ਮੌਕੇ 'ਤੇ ਮੈਂ ਕੁਛ ਟਿਪਸ ਦੇਣੀਆਂ ਚਾਹਾਂਗਾ ਜਿਹਦੇ ਨਾਲ ਕਿ ਸਾਡੀਆਂ ਦੀਵਾਲੀ 'ਤੇ ਹੋਣ ਵਾਲੇ ਆਮ ਤੌਰ 'ਤੇ ਬੱਚਿਆਂ 'ਚ ਜਿਹੜੀਆਂ ਸੱਟਾਂ ਲੱਗਦੀਆਂ ਨੇ ਪਟਾਕੇ ਚਲਾਉਣ ਕਾਰਨ, ਉਹਨਾਂ ਤੋਂ ਬਚਿਆ ਜਾ ਸਕੇ। ਸੋ ਇੱਕ ਤਾਂ ਸਭ ਤੋਂ ਪਹਿਲਾਂ ਅਸੀਂ ਸੋਚ ਸਕਦੇ ਹਾਂ ਕਿ ਪਟਾਕੇ ਅਸੀਂ ਨਾ ਹੀ ਚਲਾਈਏ, ਪਰ ਜੇ ਅਸੀਂ ਚਲਾਈਏ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਸਾਵਧਾਨੀ ਵਰਤੀਏ ਤਾਂ ਕਿ ਸਾਡੇ ਸੱਟਾਂ ਨਾ ਲੱਗਣ। ਸਭ ਤੋਂ ਪਹਿਲਾਂ ਤਾਂ
ਇਹ ਹੈ ਕਿ ਬੱਚਿਆਂ ਨੂੰ ਅਨਸੁਪਰਵਾਈਜ਼ ਜਿਹਨੂੰ ਕਹਿੰਦੇ ਬਿਨਾਂ ਅਡਲਟਸ ਦੇ ਪਟਾਕੇ ਨਹੀਂ ਚਲਾਉਣੇ ਚਾਹੀਦੇ। ਜਦੋਂ ਬੱਚੇ ਪਟਾਕੇ ਚਲਾ ਰਹੇ ਨੇ ਉਹਨਾਂ ਦੇ ਵੱਡੇ ਭੈਣ ਭਰਾ ਜਾਂ ਉਹਨਾਂ ਦੇ ਮਾਤਾ ਪਿਤਾ ਕੋਲ ਹੋਣ। ਨੰਬਰ 2, ਸਭ ਤੋਂ ਪਹਿਲਾਂ ਇਹ ਹੈ ਕਿ ਬਾਲਟੀ ਪਾਣੀ ਦੀ ਭਰ ਕੇ ਸਾਨੂੰ ਕੋਲ ਰੱਖਣੀ ਚਾਹੀਦੀ ਹੈ ਤਾਂ ਜੋ ਜੇ ਕੋਈ ਬਾਈ ਚਾਂਸ ਅੱਗ ਲੱਗ ਜਾਏ ਤਾਂ ਅਸੀਂ ਉਹ ਬਾਲਟੀ ਪਾਣੀ ਦੀ ਆਪਣੇ ਉੱਪਰ ਪਾ ਕੇ ਉਸ ਅੱਗ ਨੂੰ ਇਮੀਜੀਏਟਲੀ ਬੁਝਾ ਸਕੀਏ। ਤੀਸਰੀ ਗੱਲ ਇਹ ਹੈ ਕਿ ਪਟਾਕੇ ਹਮੇਸ਼ਾ ਸਾਨੂੰ ਇੱਕ ਬੰਦ ਡੱਬੇ 'ਚ ਰੱਖਣੇ ਚਾਹੀਦੇ ਹੈ ਤਾਂ ਕਿ ਕੋਈ ਵੀ ਚਿੰਗਿਆਰੀ ਜਾਂ ਬਾਹਰੋਂ ਪਟਾਕਾ ਆ ਕੇ ਸਾਰੇ ਪਟਾਕਿਆਂ ਨੂੰ ਅੱਗ ਨਾ ਲੱਗੇ। ਜਿਹੜੇ ਪਟਾਕੇ ਸਾਨੂੰ ਖੁੱਲ੍ਹੀ ਜਗ੍ਹਾ 'ਤੇ ਜਾਂ ਛੱਤ ਦੇ ਉੱਤੇ ਜਾ ਕੇ ਹੀ ਚਲਾਉਣੇ ਚਾਹੀਦੇ ਹੈ, ਸੜਕ 'ਤੇ ਬਿਲਕੁਲ ਨਹੀਂ ਚਲਾਉਣੇ ਚਾਹੀਦੇ। ਜਿਹੜਾ ਰੋਕੇਟ ਅਸੀਂ ਚਲਾਉਂਦੇ ਹਾਂ ਉਹਦੇ ਲਈ ਸਾਨੂੰ ਸ਼ੀਸ਼ੇ ਦੀ ਬੋਤਲ ਜਾਂ ਪਲਾਸਟਿਕ ਦੀ ਬੋਤਲ 'ਚ ਥੋੜ੍ਹਾ ਜਿਹਾ ਪਾਣੀ ਭਰ ਕੇ ਤਾਂ ਕਿ ਉਹਦਾ ਪੇਂਦੂਆ ਜਾਂ ਉਹਦਾ ਤਲਾ ਜਿਹੜਾ ਭਾਰੀ ਹੋ ਜਾਵੇ ਉਹਦੇ 'ਤੇ ਹੀ ਰੋਕੇਟ ਸਿੱਧੇ ਚਲਾਉਣੇ ਚਾਹੀਦੇ। ਕੋਈ ਵੀ ਪਟਾਕਾ ਜਿਹੜਾ ਅਸੀਂ ਚਲਾਉਣਾ ਮਾਚਿਸ ਦੀ ਤੀਲੀ ਨਾਲ ਜਾਂ ਮੋਮਬੱਤੀ ਦੇ ਨਾਲ ਨਹੀਂ ਚਲਾਉਣਾ ਚਾਹੀਦਾ। ਸਾਨੂੰ ਸਭ ਤੋਂ ਪਹਿਲਾਂ ਵੱਡੀ ਸਾਰੀ ਜਾਂ ਲੰਬੀ ਇੱਕ ਫੁੱਲਝੜੀ ਲੈਣੀ ਚਾਹੀਦੀ ਹੈ ਔਰ ਇੱਕ ਪੂਰਾ ਆਰਮ ਡਿਸਟੈਂਸ ਜਿਹਨੂੰ ਕਹਿੰਦੇ ਹਾਂ ਉਹਦੇ ਅੱਗੇ ਅਸੀਂ ਫੁੱਲਝੜੀ ਪਕੜੀ ਹੋਵੇ ਉਨੇ ਦੂਰੀ ਤੋਂ ਸਾਨੂੰ ਪਟਾਕੇ ਜਲਾਉਣੇ ਚਾਹੀਦੇ ਹਨ। ਅਨਾਰ ਜਿਹੜਾ ਹੈ ਬਹੁਤ ਇੱਕ ਡੇਂਜਰਸ ਪਟਾਕਾ ਮੰਨਿਆ ਜਾਂਦਾ ਕਿਉਂਕਿ ਇੱਕੋਦਮ ਫਟ ਜਾਂਦਾ ਉਹ, ਸੋ ਉਹਨੂੰ ਬੈਠ ਕੇ ਉਹਦੇ ਉੱਪਰ ਮੂੰਹ ਕਰਦੇ ਹੋਏ ਨਹੀਂ ਚਲਾਉਣਾ ਚਾਹੀਦਾ। ਉਸ ਨੂੰ ਵੀ ਉਸੇ ਤਰ੍ਹਾਂ ਫਰਸ਼ 'ਤੇ ਰੱਖ ਕੇ ਸਮਤਲ ਫਰਸ਼ ਮਤਲਬ ਉਬੜ ਖਾਬੜ ਨਾ ਜਗ੍ਹਾ ਹੋਵੇ ਉੱਥੇ ਰੱਖ ਕੇ ਸਾਨੂੰ ਉਹਨੂੰ ਫੁੱਲਝੜੀ ਨਾਲ ਦੂਰੋਂ ਚਲਾਉਣਾ ਚਾਹੀਦਾ। ਅਤੇ ਜਿਹੜੀ ਚੱਕਰੀ ਹੈ ਉਹਦਾ ਦੇਖਣਾ ਚਾਹੀਦਾ ਕਿ ਚੱਕਰੀ ਦਾ ਜਿਹੜਾ ਹਿੱਸਾ ਅਸੀਂ ਜਲਾਉਂਦੇ ਹਾਂ ਜਿੱਥੋਂ ਅਸੀਂ ਉਹ ਸਾਡੇ ਵੱਲ ਨਾਲ ਫੇਸ ਕਰਦਾ ਹੋਵੇ। ਬੱਚਿਆਂ 'ਚ ਆਮ ਤੌਰ 'ਤੇ ਆਦਤ ਹੁੰਦੀ ਹੈ ਕਿ ਉਹ ਚੱਕਰੀ ਦੇ ਵਿੱਚ ਕੁੱਦੇ ਫਿਰਦੇ ਨੇ ਨੰਗੇ ਪੈਰ, ਸੋ ਉਹ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਸਾਡੇ ਫਰੋਕ ਜਾਂ ਚੁੰਨੀ ਜਾਂ ਕੋਈ ਲੰਬੀ ਡਰੈਸ ਪਾਈ ਹੈ ਉਹਨੂੰ ਅੱਗ ਲੱਗ ਸਕਦੀ ਹੈ। ਸੋ ਇਹਨਾਂ ਚੀਜ਼ਾਂ ਤੋਂ ਬਾਅਦ ਜੇ ਬਾਈ ਚਾਂਸ ਸਾਨੂੰ ਅੱਗ ਲੱਗ ਹੀ ਜਾਂਦੀ ਹੈ ਸਾਨੂੰ ਕੀ ਕਰਨਾ ਚਾਹੀਦਾ? ਸੋ ਪਹਿਲਾਂ ਅਸੀਂ ਦੇਖਿਆ ਕਿ ਪਾਣੀ ਦੀ ਬਾਲਟੀ ਸਾਡੇ ਕੋਲ ਹੈ, ਉਸ ਦੀ ਬਾਲਟੀ ਨਾਲ ਪਾਣੀ ਨਾਲ ਅੱਗ ਬੁਝਾ ਲੈਣੀ ਚਾਹੀਦੀ ਹੈ। ਜੇ ਪਾਣੀ ਦੀ ਬਾਲਟੀ ਨਹੀਂ ਹੈ ਔਰ ਅਸੀਂ ਇਕੱਲੇ ਹੈਗੇ ਤਾਂ ਸਾਨੂੰ ਫਰਸ਼ ਦੇ ਉੱਤੇ ਲੋਟ ਪੋਟਣੀਆਂ ਖਾਣੀਆਂ ਚਾਹੀਦੀਆਂ, ਰਾਦਰ ਕਿ ਅਸੀਂ ਭੱਜੀਏ। ਜੇ ਅਸੀਂ ਭੱਜਾਂਗੇ ਅੱਗ ਜ਼ਿਆਦਾ ਫੈਲੇਗੀ। ਔਰ ਇਸ ਤੋਂ ਇਲਾਵਾ ਜਦੋਂ ਸਾਡੇ ਹੱਥ ਜਾਂ ਪੈਰ ਨੂੰ ਕੋਈ ਵੀ ਅੱਗ ਦਾ ਨੁਕਸਾਨ ਪਹੁੰਚਦਾ, ਪਟਾਕੇ ਨਾਲ ਨੁਕਸਾਨ ਪਹੁੰਚਦਾ, ਉਹਨੂੰ ਸਾਨੂੰ 15 ਜਾਂ 20 ਮਿੰਟ ਵਾਸਤੇ ਰਨਿੰਗ ਵਾਟਰ ਦੇ ਥੱਲੇ, ਪਾਣੀ ਦੇ ਥੱਲੇ ਰੱਖਣਾ ਚਾਹੀਦਾ ਔਰ ਉਨੀ ਦੇਰ ਰੱਖੀ ਰੱਖਣਾ ਚਾਹੀਦਾ ਜਿੰਨੀ ਦੇਰ ਤੱਕ ਦਰਦ ਨਾ ਹਟੇ। ਜਿਹੜੇ ਜ਼ਿਆਦਾ ਬਰਨ ਹੋ ਜਾਣ ਜੇ ਤਾਂ ਸਾਨੂੰ ਇੱਕ ਸਫੇਦ ਚਾਦਰ ਜਾਂ ਸਫੇਦ ਦਾ ਮਤਲਬ ਸਾਫ਼ ਚਾਦਰ ਉੱਪਰ ਔਰ ਸਾਫ਼ ਚਾਦਰ ਥੱਲੇ ਰੱਖ ਕੇ ਪੇਸ਼ੈਂਟ ਦੇ ਉਹਨੂੰ ਫਟਾਫਟ ਹੋਸਪਿਟਲ ਸ਼ਿਫਟ ਕਰਨਾ ਚਾਹੀਦਾ। ਕਿਸੇ ਤਰ੍ਹਾਂ ਦੀ ਵੀ ਸਿਆਹੀ ਆਟਾ ਹਲਵਾ ਜੋ ਕਿ ਆਮ ਤੌਰ 'ਤੇ ਪ੍ਰਚਲਨ ਹੈ ਉਹ ਨਹੀਂ ਲਗਾਉਣਾ ਚਾਹੀਦਾ ਇਸ ਹਿਸਾਬ ਨਾਲ। ਸੋ ਸੇਫਟੀ ਸੇਫ ਜਿਵੇਂ ਇੱਕ ਗੱਲ ਕਹੀ ਗਈ ਹੈ, ਜੇ ਅਸੀਂ ਸਾਰੀ ਗੱਲਾਂ ਦਾ ਧਿਆਨ ਰੱਖ ਕੇ ਪਟਾਕੇ ਚਲਾਵਾਂਗੇ, ਇੰਜੋਏ ਕਰਾਂਗੇ ਦੀਵਾਲੀ ਔਰ ਕੋਈ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਨਾ ਹੋਏਗੀ, ਸਾਡੀ ਦੀਵਾਲੀ ਅੱਛੀ ਲੰਘੇ, ਸਾਡੇ ਵੱਲੋਂ ਇਹੀ ਸ਼ੁਭ ਇੱਛਾਵਾਂ ਹਰ ਨਾਗਰਿਕ ਨੂੰ ਦਿੱਤੀਆਂ ਜਾਣਗੀਆਂ। ਥੈਂਕ ਯੂ। Thank you.